ਪੰਜਾਬੀ ਇੰਡਸਟਰੀ ਦੇ Songwriter ਤੇ Singer ਨਾਲ ਦੀ ਨਾਲ Actor Tarseen Jassar ਨੇ ਆਪਣੀ ਅਪਕਮਿੰਗ ਫਿਲਮ ਗਲਵਕੜੀ ਦੀ ਨਵੀਂ ਰਿਲੀਜ਼ਿੰਗ ਡੇਟ ਅਨਾਉਂਸ ਕਰ ਦਿੱਤੀ ਹੈ। ਇਹ ਫਿਲਮ 8 April 2022 ਦੇ ਵਿੱਚ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਏਗੀ। ਇਸ ਗੱਲ ਦੀ ਜਾਣਕਾਰੀ ਤੇ Tarseen Jassar ਨੇ ਆਪਣੀ Instagram ਤੋਂ ਸਾਂਝੀ ਕੀਤੀ ਹੈ ਤੇ Tarseen Jassar ਨੇ ਆਪਣੀ ਫਿਲਮ ਦਾ ਪੋਸਟਰ ਸਾਂਝਾ ਕਰਦਿਆਂ ਹੋਇਆ ਕਾਫੀ ਫਨੀ ਜੀ ਲਾਈਨਸ ਲਿਖੀਆਂ ਤੇ ਉਹਨਾਂ ਨੇ ਕਿਹਾ ਕਿ ਗਲਵਕੜੀ ਦੀ ਨਵੀਂ ਤਾਰੀਖ ਨਵੀਂ ਤਾਰੀਖ ਤੇ ਤਾਰੀਖ ਤੇ ਹੁਣ ਤੇ ਆਪਣੇ ਆਪ ਨੂੰ ਵੀ ਹਾਸਾ ਆਉਂਦਾ ਮਾਰ ਲਿਆ ਕਰੋਨਾ ਨੇ ਤੁਹਾਨੂੰ ਦੱਸ ਦਈਏ ਕਿ ਇਹ ਸਭ ਕਹਿਣਾ ਸੀ ਤਰਸੀਮ ਜਸਰ ਦਾ ਆਪਣੀ ਫਿਲਮ ਗਲਵਕੜੀ ਦੇ ਲਈ ਕਿਉਂਕਿ ਪਹਿਲੇ 31 ਦਸੰਬਰ ਨੂੰ ਰਿਲੀਜ਼ ਹੋਣੀ ਸੀ ਪਰ ਕਰੋਨਾ ਦੇ ਚੱਲਦਿਆਂ ਇਸ ਦੀ ਰਿਲੀਜ਼ਿੰਗ ਡੇਟ ਪੋਸਟਪੋਨ ਕਰ ਦਿੱਤੀ ਗਈ ਸੀ ਤੇ ਹੁਣ ਫਾਈਨਲੀ ਇਸ ਦਾ ਕਿਹਾ ਜਾ ਰਿਹਾ ਹੈ ਕਿ 8 ਅਪ੍ਰੈਲ ਨੂੰ ਰਿਲੀਜ਼ ਹੋਏਗੀ ਸੋ ਇਸ ਦੇ ਨਾਲ ਹੀ ਤਰਸੇਮ ਜੱਸੜ ਨੇ ਲਿਖਿਆ ਕਿ ਸਬਰ ਦਾ ਫਲ ਮਿੱਠਾ ਹੁੰਦਾ ਫਿਲਮ ਤੁਹਾਨੂੰ ਬਹੁਤ ਪਸੰਦ ਆਏਗੀ ਮੈਂ ਇਹ ਗੱਲ ਪੂਰੇ ਮਨ ਨਾਲ ਕਹਿ ਸਕਦਾ ਸੋਤਰ ਸਿੰਘ ਜੱਸੜ ਦੀ ਗੱਲ ਕਰੀਏ ਤਾਂ ਉਹਨਾਂ ਨੇ ਗਲਵਕੜੀ ਫਿਲਮ ਦੇ ਵਿੱਚ ਉਹ ਨਜ਼ਰ ਆਉਣਗੇ ਵਾਮਿਕਾ ਗੱਬੀ ਦੇ ਆਪੋਜ਼ਿਟ ਮੇਨ ਲੀਡ ਦੇ ਵਿੱਚ ਐਕਟ ਕਰਦੇ ਹੋਏ ਫਿਲਮ ਨੂੰ ਸ਼ਰਟ ਆਰਟ ਨੇ ਡਾਇਰੈਕਟ ਕੀਤਾ ਇਸ ਦੀ ਕਹਾਣੀ ਰਣਦੀਪ ਚਾਹਲ ਦੇ ਵੱਲੋਂ ਲਿਖੀ ਗਈ ਹੈ।